हेल्थ प्रतिमा ला क्लीनिक इसका असं वेलकम करते हैं, पर साड़ी बेनती है भी 20,000 की 25,000 की आबादी आ सैना भी साडा जिहड़ा मुढ़ला सेहत केंद्र इहनू बंद ना किया जाए। तुसीं पहला भी बेनती की सी भी तुसीं साथों जगह लै लो, जिथे भी तुहानू ठीक लगदी है लोग समझणगे जगह तुहानू दे देंगे, उत्थे तुसीं बिल्डिंग बना के शुरू कर लो। जे तुहाडे कोले फंड्स की कोई कमी है तुहानू पंचायत बनी बनाई बिल्डिंग देवेगी। सो देखो टल्लेवाल वाले ने विरोध करता उत्थे नहीं बने, रूड़े के वाले विरोध करी जांदे, असी तुहाडियां सेहत सहूलतां जिहड़ियां समाज प्रति काम करोंगे उस दा असी वेलकम करांगे, पर इह नहीं भी एड्डी वड्डी पिंड दे आबादी वाले पिंड नूं देखो महल्ला क्लीनिक तुसीं जे बनाउणा छोटे पिंडां च बना लो। साडे इत्थे वोटां च तुसीं बाजार च इह गल कह के आए हो भी असी इहनूं हस्पताल नूं वड्डा अपग्रेड करांगे, 17 बिस्तरियां दा हस्पताल देवांगे। सो अज इह बाजार च सारे तुहाडे वर्करां ने चलो तुसीं अपग्रेड नहीं करना तो डीग्रेड कर दो, नहीं झूठ नहीं मैं बोलता ना, मैं झूठ बोलिया कदे ना बोलना, ना मैं झूठ बोलिया ना बोलना, गल कर रहा मैं, गल कर रहा आराम नाल गल कर रहा, ਤੁਹਾਡਾ ਰਿਸਪੈਕਟ ਕੀਤੀ ਆਏ ਦੀ ਹੈ ਭਾਈ 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 ਫਿਰ ਇਹ ਕੀ ਗੱਲ ਹੈ। ਹੈਲੋ ਮਾਰ ਲਫੜੇ ਤੈਨੂੰ ਅੰਦਰ ਸਿੱਟਿਆ ਹੁੰਦਾ, ਆ ਦੇਖੋ ਜੀ ਹੈਲੋ ਮਾਰ ਲਫੜੇ ਤੈਨੂੰ ਅੰਦਰ ਸਿੱਟਿਆ ਹੁੰਦਾ, ਆ ਦੇਖੋ ਜੀ ਹੈਲੋ ਮਾਰ ਲਫੜੇ ਤੈਨੂੰ ਅੰਦਰ ਸਿੱਟਿਆ ਹੁੰਦਾ, ਆ ਦੇਖੋ ਜੀ ਹੈਲੋ ਮਾਰ ਲਫੜੇ ਤੈਨੂੰ ਅੰਦਰ ਸਿੱਟਿਆ ਹੁੰਦਾ, ਆ ਦੇਖੋ ਜੀ ਹੈਲੋ ਮਾਰ ਲਫੜੇ ਤੈਨੂੰ ਅੰਦਰ ਸਿੱਟਿਆ ਹੁੰਦਾ, ਆ ਦੇਖੋ ਜੀ ਹੈਲੋ ਮਾਰ ਲਫੜੇ ਤੈਨੂੰ ਅੰਦਰ ਸਿੱਟਿਆ ਹੁੰਦਾ, ਆ ਦੇਖੋ ਜੀ ਆਰਾਮ ਨਾਲ ਗੱਲ ਕਰ ਰਿਹਾ, ਤੁਹਾਡਾ ਰਿਸਪੈਕਟ ਕੀਤੀ ਆਏ ਦੀ ਹੈ ਭਾਈ, ਫਿਰ ਇਹ ਕੀ ਗੱਲ ਹੈ। ਹੈਲੋ ਮਾਰ ਲਫੜੇ ਤੈਨੂੰ ਅੰਦਰ ਸਿੱਟਿਆ ਹੁੰਦਾ, ਆ ਦੇਖੋ ਜੀ ਆ ਤੁਹਾਡੇ ਮੂਰੇ, ਤੁਹਾਡਾ ਪੰਜਾਬ 'ਚ ਜਿਹੜਾ ਹੈਲਥ ਪ੍ਰਤਿਮਾ ਲਾ ਕਲੀਨਿਕ ਆ ਇਸ ਦਾ ਅਸੀਂ ਵੈਲਕਮ ਕਰਦੇ ਹਾਂ, ਪਰ ਸਾਡੀ ਬੇਨਤੀ ਆ ਵੀ 20,000 ਦੀ 25,000 ਦੀ ਆਬਾਦੀ ਆ ਸੈਣਾ ਵੀ ਸਾਡਾ ਜਿਹੜਾ ਮੁੱਢਲਾ ਸਿਹਤ ਕੇਂਦਰ ਆ ਇਹਨੂੰ ਬੰਦ ਨਾ ਕੀਤਾ ਜਾਵੇ। ਤੁਸੀਂ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਤੁਸੀਂ ਸਾਥੋਂ ਜਗ੍ਹਾ ਲੈ ਲਓ, ਜਿੱਥੇ ਵੀ ਤੁਹਾਨੂੰ ਠੀਕ ਲੱਗਦੀ ਹੈ ਲੋਕ ਸਮਝਣਗੇ ਜਗ੍ਹਾ ਤੁਹਾਨੂੰ ਦੇ ਦੇਵਾਂਗੇ, ਉੱਥੇ ਤੁਸੀਂ ਬਿਲਡਿੰਗ ਬਣਾ ਕੇ ਸ਼ੁਰੂ ਕਰ ਲਓ। ਜੇ ਤੁਹਾਡੇ ਕੋਲ ਫੰਡਸ ਦੀ ਕੋਈ ਕਮੀ ਹੈ ਤੁਹਾਨੂੰ ਪੰਚਾਇਤ ਬਣੀ ਬਣਾਈ ਬਿਲਡਿੰਗ ਦੇਵੇਗੀ। ਸੋ ਦੇਖੋ ਟੱਲੇਵਾਲ ਵਾਲਿਆਂ ਨੇ ਵਿਰੋਧ ਕਰਤਾ ਉੱਥੇ ਨਹੀਂ ਬਣੇ, ਰੂੜੇ ਕੇ ਵਾਲੇ ਵਿਰੋਧ ਕਰੀ ਜਾਂਦੇ, ਅਸੀਂ ਤੁਹਾਡੀਆਂ ਸਿਹਤ ਸਹੂਲਤਾਂ ਜਿਹੜੀਆਂ ਸਮਾਜ ਪ੍ਰਤੀ ਕੰਮ ਕਰੋਂਗੇ ਉਸ ਦਾ ਅਸੀਂ ਵੈਲਕਮ ਕਰਾਂਗੇ, ਪਰ ਇਹ ਨਹੀਂ ਵੀ ਐਡੀ ਵੱਡੀ ਪਿੰਡ ਦੇ ਆਬਾਦੀ ਵਾਲੇ ਪਿੰਡ ਨੂੰ ਦੇਖੋ ਮਹੱਲਾ ਕਲੀਨਿਕ ਤੁਸੀਂ ਜੇ ਬਣਾਉਣਾ ਛੋਟੇ ਪਿੰਡਾਂ 'ਚ ਬਣਾ ਲਓ। ਸਾਡੇ ਇੱਥੇ ਵੋਟਾਂ 'ਚ ਤੁਸੀਂ ਬਾਜ਼ਾਰ 'ਚ ਇਹ ਗੱਲ ਕਹਿ ਕੇ ਆਏ ਹੋ ਵੀ ਅਸੀਂ ਇਹਨੂੰ ਹਸਪਤਾਲ ਨੂੰ ਵੱਡਾ ਅਪਗ੍ਰੇਡ ਕਰਾਂਗੇ, 17 ਬਿਸਤਰਿਆਂ ਦਾ ਹਸਪਤਾਲ ਦੇਵਾਂਗੇ। ਸੋ ਅੱਜ ਇਹ ਬਾਜ਼ਾਰ 'ਚ ਸਾਰੇ ਤੁਹਾਡੇ ਵਰਕਰਾਂ ਨੇ ਚਲੋ ਤੁਸੀਂ ਅਪਗ੍ਰੇਡ ਨਹੀਂ ਕਰਨਾ ਤਾਂ ਡੀਗ੍ਰੇਡ ਕਰ ਦਿਓ, ਨਹੀਂ ਝੂਠ ਨਹੀਂ ਮੈਂ ਬੋਲਦਾ, ਨਾ ਮੈਂ ਝੂਠ ਬੋਲਿਆ ਕਦੇ ਨਾ ਬੋਲਣਾ, ਨਾ ਮੈਂ ਝੂਠ ਬੋਲਿਆ ਨਾ ਬੋਲਣਾ, ਗੱਲ ਕਰ ਰਿਹਾ ਮੈਂ, ਗੱਲ ਕਰ ਰਿਹਾ ਆਰਾਮ ਨਾਲ ਗੱਲ ਕਰ ਰਿਹਾ, ਤੁਹਾਡਾ ਰਿਸਪੈਕਟ ਕੀਤੀ ਆਏ ਦੀ ਹੈ, ਫਿਰ ਇਹ ਕੀ ਗੱਲ ਹੈ। ਹੈਲੋ ਮਾਰ ਲਫੜੇ ਤੈਨੂੰ ਅੰਦਰ ਸਿੱਟਿਆ ਹੁੰਦਾ, ਆ ਦੇਖੋ ਜੀ।